सो जी इमीग्रेशन हो गई है क्लीयर, हुण सिर्फ कारनेट ते स्टैंप लगानी, गड्डी नूं चला के उधरों दी ते फिर उधर जाना। भंगड़े पै रहे ने पूरे, वड़ रहा बंदा ईरान दे विच। सो जी इमीग्रेशन साडी हो गई है, तो थोड़ी मनी एक्सचेंज हो रही है, तो उस तो बाद सी बिल्कुल स्ट्रेट जावांगे ईरान दे बॉर्डर वल नूं, और उत्थों दी लगनगियां कारनेट ते स्टैंप्स। पाकिस्तान वाली साइड तो बिल्कुल हो चुका है क्लीयर, पर एक जी कारनेट ते आउट दी स्टैंप आ वो लगेगी, और उस तो बाद फिर आप ईरान एंटर करा। इस जिहड़ा लेफ्ट साइड ते बूथ बने इतों की अपन करानी पेगी कारनेट ते एंट्री। बिल्कुल ठीक, परले पासे जाना पेगा। लो जी परले पासे जाना पेगा सानू, पर ट्रक वाले ने करता रस्ता ब्लॉक। ट्रक वाले दे अगू देखी फिर। नहीं नहीं भाजी ए ट्रक कोनी हैगे हो जाए, वड्डा बहुत चंगा। ਲੱਗਾ ਭਾਜੀ ਅੱਗੇ ਵੀ ਲੱਗਾ ਮੋਬਾਈਲ ਤੇ ਉਧਰ ਨੂੰ ਕਰ ਪਾਪਾ ਕ੍ਰਾਸਿੰਗ ਔਰ ਭਾਜੀ ਇੱਕ ਮਿੰਟ ਰੁਕਣਾ। ਹਾਂਜੀ ਠੀਕ ਜਹਾਨ। ਨਹੀਂ ਯਾਰ ਕੋਈ ਦਿਲ ਦੀ ਖੁਆਇਸ਼ ਤਾਂ ਨਹੀਂ ਪੂਰੀ ਕਰਦੇ? ਬਿਲਕੁਲ ਜੀ, ਦੋਵਾਂ ਉਹਦੇ ਤੇ ਦੱਸੋ ਇਦਾਂ ਕਦੀ ਕੀਤਾ ਕਿਸੇ ਨੇ ਇਹ ਪਾਕਿਸਤਾਨ ਦਾ ਬੋਰਡ ਹੈ। ਚਲੋ ਭਾਜੀ ਤੇ ਅੱਗੇ ਨਾਲ ਹੀ ਹੈ ਇਰਾਨ ਦਾ ਬੋਰਡ। ਇਰਾਨ ਦਾ ਬੋਰਡ ਹੈ ਜੀ, ਕ੍ਰਾਸਿੰਗ ਹੋ ਗਈ। ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿੱਦਾਂ ਦੀ ਲੱਗੀ, ਅਸੀਂ ਰਿਵਰਸ ਕਰਕੇ ਕੀਤੀ ਆ। ਉਸੇ ਚ ਲੱਗ ਰਿਹਾ ਬੰਦਾ, ਆ ਗਰਮੀ ਨੇ ਮਾਰਿਆ, ਰੋਜ਼ੇ ਹੈਗੇ ਲੋਕਾਂ ਨੇ। ਹੱਕ ਆਵੇ ਜਾ ਇਸ ਤੋਂ। ਜਰਮਨੀ, ਅਲਮਾਨੀਆ। ਓਕੇ ਐਂਟਰੀ। ਥੈਂਕ ਯੂ ਥੈਂਕ ਯੂ, ਤਸ਼ੱਕਰ ਹੈ ਮਮਨੂਨਮ। शाहजान साहब मिंदर ਯਾਰ ਇੱਕ ਵੀਜ਼ੇ ਦਾ ਪੇਪਰ ਮੇਰਾ ਵਿੱਚ ਪਾਤਾ ਸੀ ਮੈਂ, ਉਹਨਾਂ ਨੇ ਵੀਜ਼ਾ ਦੇਖਣਾ ਨਾ ਹੁਣ। ਹਾਂਜੀ ਲਓ ਜੀ ਆਪਾਂ ਈਰਾਨ ਹੋ ਗਏ ਹਾਂ ਜੀ ਦਾਖਲ। ਇੱਕ ਤਾਂ ਹੈਗਾ ਇਹ ਬੂਥ ਇਹਨਾਂ ਦਾ, ਤਾਂ ਮੇਰੇ ਖਿਆਲ 'ਚ ਅੰਦਰ ਵੀ ਉਹਨਾਂ ਨੇ ਚੈੱਕ ਕਰਨਾ ਇੱਕ ਵਾਰੀ। लो जी इथो लगेगी स्टैंप कारनेट ते, और गड्डी कह रहा पर खड़ी करो। हाँ जी अजे चैकिंग होनी पूरी गड्डी दी। हाँ जी ਇਹ ਹੈਗਾ ਜੀ ਈਰਾਨ ਦਾ ਇਮੀਗ੍ਰੇਸ਼ਨ ਆਫਿਸ, ਇੱਧਰ ਇੱਥੇ ਜਾਣਾ ਪਏਗਾ ਤੁਹਾਨੂੰ ਇਮੀਗ੍ਰੇਸ਼ਨ ਵਾਸਤੇ। ਲਓ ਜੀ ਦੇਖਦੇ ਹਾਂ ਹੁਣ ਅੱਗੇ ਕੀ ਬਣਦਾ। ਕਹਿੰਦਾ ਹੋ ਸਕਦਾ ਵੀ ਐਂਟਰੀ ਨਾ ਦੇਣ, ਕਹਿੰਦਾ ਵਾਪਸ ਆ ਜਾਇਓ ਮੇਰੇ ਕੋਲ ਫਿਰ। ਅੱਛਾ ਅੱਗੇ ਵੀ ਹੋਇਆ ਕਹਿੰਦਾ ਇੱਕ ਬੰਦੇ ਨਾਲ, ਕਿਹੜੀ ਗੱਲ ਤੋਂ ਪਤਾ ਨਹੀਂ ਕਿਉਂ ਐਂਟਰੀ ਸਾਨੂੰ ਕਿਉਂ ਨਾ ਦੇ। ਕੋਈ ਪਤਾ ਨਹੀਂ ਕੀ ਚੱਕਰ, ਸਮਝ ਨਹੀਂ ਆ ਮੈਨੂੰ ਗੱਲ ਉਹਦੀ। ਅਸੀਂ ਹੁਣ ਜਾਣਾ ਲਾਸਟ ਕਾਰਨੈਂਟ ਜਿੱਥੇ ਪਹਿਲੇ ਆਪਾਂ ਰੁਕੇ ਸੀ, ਉੱਥੇ ਹੁਣ ਸਾਨੂੰ ਪੈਸੇ ਜਮ੍ਹਾਂ ਕਰਾਉਣੇ ਪੈਣੇ। ਇੰਸ਼ੋਰੈਂਸ, ਸਾਡਾ ਇੰਸ਼ੋਰੈਂਸ ਪਹਿਲੇ ਵਾਲਾ ਪੇਪਰ ਦਿਓ। ਬੰਦੇ ਕਿਉਂ ਜਾਂਦੇ ਹੋ? ਚੀਜ਼ਾਂ ਸਾਡੀਆਂ ਵੀ ਜਵਾਬ ਦੇ ਜਾਂਦੀਆਂ ਨੇ, ਫੋਨ ਗਰਮ ਹੋ ਗਏ ਨੇ। गाड़ी का पेपर इधर है मेरे पास। इमिग्रेशन तो बाद आप हम पता नहीं की करना है, पता नहीं किड़े पासे जाना है। इसे तो खरूजी है एग्जिट,
ਇਸ ਪਾਸੇ ਵੇਖੋ ਜੀ ਇਹ ਕੀ ਚੀਜ਼ ਐਗਜ਼ਿਟ ਆਪਾਂ ਐਗਜ਼ਿਟ ਹੀ ਕਰਨਾ ਕਿ ਨਹੀਂ ਬਾਗ ਰੋਕਣ ਦਾ ਤਾਂ ਫਿਰ ਹੀ ਰੋਕਣਾ ਇਸ ਪਾਸੇ ਜਾਣ ਦਾ ਮੇਰਾ ਖਿਆਲ ਹੈ ਉਹ ਭਾਜੀ ਉਹ ਸਾਡਾ ਸੀਗਾ ਤੁਹਾਡੀ ਗੱਲ ਸਹੀ ਹੈ ਐਗਜ਼ਿਟ ਹੀ ਆਪਾਂ ਕਰਨਾ ਹੈ ਲਓ ਜੀ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਲਓ ਗੱਡੀ ਮੈਂ ਘੁਮਾ ਦਿੰਦਾ ਇਹ ਆ ਸਾਹਮਣੇ ਇਹਨਾਂ ਦਾ ਇਮੀਗ੍ਰੇਸ਼ਨ ਆਫਿਸ ਮੀਰਜਾਵਾ ਇਹ ਲਿਖਿਆ ਮੀਰਜਾਵਾ ਜੋ ਕਿ ਇਹ ਲਿਖਿਆ ਯਾ ਹੁਸੈਨ ਯਾ ਹੁਸੈਨ ਯੈਸ ਤੁਸੀਂ ਮੀਰਜਾਵਾ ਕਿੱਥੇ ਪੜ੍ਹੇ ਉਹ ਉੱਪਰ ਅੱਛਾ ਠੀਕ ਹੈ ਬਈ ਸੌਰੀ ਵੀ ਗਲਤ ਇਨਫੋਰਮੇਸ਼ਨ ਮੈਂ ਦੇ ਲੱਗਾ ਸੀ ਉੱਥੋਂ ਮੈਂ ਕਰਕੇ ਆਇਆ ਸੀ ਪਹਿਲੇ ਨਾ ਉਹ ਹੁਣ ਇੱਥੇ ਸਿਰਫ ਤੁਹਾਡੀ ਇਨਫੋਰਮੇਸ਼ਨ ਚਾਹੀਦੀ ਵੀਡੀਓ ਨਾ ਬਣਾਈ ਫਿਰ ਐਵੇਂ ਤੰਗ ਕਰਨਗੇ ਨਹੀਂ ਕੁਛ ਨਹੀਂ ਕਹਿੰਦੇ ਇੱਥੇ ਕਿਤੇ ਨਾ ਮੈਨੂੰ ਗੁੱਸੇ ਹੋਏ ਆ ਉਹ ਉੱਥੇ ਰੱਖਣੀ ਹੈ ਅੱਗੇ ਭਾਜੀ ਬਾਰਡਰ ਪੋਸਟ ਜਾਣ ਦੋ ਚਲ ਠੀਕ ਹੈ ਬਣ ਰਹੀ ਵੀਡੀਓ ਤੋਂ ਡਬਲ ਅੱਛਾ ਇੱਦਾਂ ਦੇਖ ਕੇ ਨਾ ਕਿਧਰੇ ਬੜੀ ਮਿੱਟੀ ਬੜੀ ਟ੍ਰੇਡ ਹੁੰਦੀ ਯਾਰ ਪਾਕਿਸਤਾਨ ਦੇ ਨਾਲ ਦੀ ਹੈ ਤੇ ਜੇ ਕਿਸੇ ਨੂੰ ਪਾਕਿਸਤਾਨ ਅਫਗਾਨਿਸਤਾਨ ਦੀ ਟ੍ਰੇਡ ਵੇਖੇਗਾ ਤੂੰ ਪਰੇਸ਼ਾਨ ਹੋ ਜਾਏ ਇਹ ਕੀ ਚੀਜ਼ ਅੱਜ ਦੇ ਬੰਬ ਦੇ ਕੋਲ ਰੇਤ ਦਾ ਤੂਫਾਨ ਆਇਆ ਹੀ ਆਇਆ ਕੱਲ ਨੂੰ ਤੁਸੀਂ ਜਾਣ ਦੋ ਲੈਫਟ ਸਾਈਡ ਤੇ ਉਹ ਇੱਕ ਵਾਰੀ ਕਾਰਨੇਟ ਨੂੰ ਚੈੱਕ ਕਰਦਾ ਤੇ ਉਸ ਤੋਂ ਬਾਅਦ ਕਹਿੰਦਾ ਸਿੱਧੇ ਜਾਓ ਤੇ ਜਾ ਕੇ ਤੁਰਕੀ ਦੇ ਵਿੱਚ ਤੁਹਾਡੇ ਕਾਰਨੇਟ ਦਾ ਜਿਹੜਾ ਨੈਕਸਟ ਪੇਜ ਹੈ ਉਹਨੂੰ ਸਟੈਂਪ ਕਰਕੇ ਬੰਦਾ ਰਾਣੀ ਮੁਖਰਜੀ ਦੇ ਬ੍ਰਿਟਿਸ਼ ਅੰਡਾ ਦਾ ਫੈਨ ਸੀ ਅੰਦਰ ਮੈਨੂੰ ਕਹਿੰਦਾ ਪੀ ਕੇ ਮੂਵੀ ਗੁੱਡ ਗੁੱਡ ਅਮੀਰ ਖਾਨ ਅਮਿਤਾਭ ਬੱਚਨ ਗੁੱਡ ਵੈਰੀ ਗੁੱਡ ਮੂਵੀ ਲਓ ਜੀ ਹੁਣ ਅਸੀਂ ਇੱਦਾਂ ਲੱਗ ਰਿਹਾ ਕਿ ਵੀ ਅਸੀਂ ਈਰਾਨ ਦੇ ਅੰਦਰ ਐਂਟਰ ਹੋ ਚੁੱਕੇ ਹਾਂ ਈਰਾਨ ਦੇ ਅੰਦਰ ਅਸੀਂ ਪਹਿਲੇ ਐਂਟਰ ਹੋ ਚੁੱਕੇ ਹਾਂ ਲੇਕਿਨ ਕਾਜੀ ਤੁਹਾਨੂੰ ਸਾਰੀ ਸੁਣਾਉਂਦੇ ਆ ਵੀ ਕਿੱਦਾਂ ਕਿੱਦਾਂ ਬੀਤੀ ਕਿ ਅਸੀਂ ਕੀਤਾ ਕੀ ਔਰ ਸਾਨੂੰ ਵੀ ਨਹੀਂ ਪਤਾ ਕਿ ਅਸੀਂ ਕੀਤਾ ਕੀ ਅੱਜ ਭਾਜੀ ਉਹ ਪੁਰਾਣਾ ਕਿੱਸਾ ਦੁਹਰਾਉਣ ਲੱਗੇ ਸੀਗੇ ਤੁਸੀਂ ਉਹ ਇੱਕ ਬੰਦਾ ਫਸਿਆ ਨਹੀਂ ਰਿਹਾ ਕੋਈ 20-25 ਸਾਲ ਏਅਰਪੋਰਟ ਤੇ ਹਾਂਜੀ ਤੁਹਾਡੇ ਨਾਲ ਵੀ ਉਹੀ ਕੁਛ ਹੋਣ ਲੱਗਾ ਸੀ ਅੱਜ ਰਸ਼ੀਆ ਦਾ ਅੱਛਾ ਮੈਨੂੰ ਜਿਹੜਾ ਅੱਗੇ ਮੋਬਾਇਲ ਕਰ ਦੇਣਾ ਉਹਨਾਂ ਨੇ ਬੰਦ ਤੇ ਸਾਡੇ ਕੰਮ ਆਣਾ ਤੂੰ
ਜੀ ਆਪਾਂ ਪਹੁੰਚ ਜਾ ਰਹੇ ਹਾਂ ਇਸ ਟਾਈਮ ਤਫਤਾਨ ਤੋਂ ਜ਼ਹਿਦਾਨ ਵਾਲੇ ਪਾਸੇ ਨੂੰ ਅਤੇ ਜ਼ਹਿਦਾਨ ਹੈਗਾ ਇੱਥੋਂ ਦੀ ਤਕਰੀਬਨ 15 ਕਿਲੋਮੀਟਰ ਸਾਰੀ ਉਹੀ ਪੈ ਰਹੀ ਆ ਜਿਹੜੀ ਇੰਡੀਆ ਜਾਣੀ ਕਿੱਥੇ ਜਾਣੀ ਇੰਡੀਆ ਪਾਕਿਸਤਾਨ ਪਾਕਿਸਤਾਨ 'ਚੋਂ ਹੋ ਕੇ ਇੰਡੀਆ ਮੋਰ ਉੱਠ ਗਈ ਆਵਾਜ਼ ਦਿੰਦੀ ਮੈਂ ਮਿੱਟੀ ਕੱਢੋ ਆਪਣੀ ਮੈਪ ਜਿਹੜੀ ਕੀਤੀ ਤੁਸੀਂ ਤੇਲ ਪਵਾਇਆ ਜਾਵੇ ਭਾਜੀ ਪੁਰਲੇ ਹੀ ਘੁੰਮਾ ਕੇ ਕਿ ਇੱਧਰੋਂ ਚੱਲੀਏ ਸਾਡਾ ਪੀਲਾ ਵਾ ਨਾ ਬਿਲਕੁਲ ਇਰਾਨ ਦੇ ਵਿੱਚ ਤੇਲ ਦਾ ਸਿਲਸਿਲਾ ਜਾਰੀ ਫਿਰ ਤੋਂ ਇੱਕ ਵਾਰ ਗਲਤ ਲੱਗ ਰਿਹਾ ਜਿੱਦਾਂ ਆਪਾਂ ਇੱਥੇ ਆਏ ਹਾਂ ਨਹੀਂ ਨਹੀਂ ਸੋ ਭਾਜੀ ਟਰਾਈ ਕਰਦੇ ਹੋਏ ਤੇਲ ਵਾਸਤੇ ਦੇਖਦੇ ਹਾਂ ਕੀ ਬਣਦਾ ਹੁਣ ਕਹਿ ਰਹੇ ਨਹੀਂ ਨਹੀਂ ਮਿਲੇਗਾ ਭਾਜੀ ਗੱਲ ਕਰ ਲੈਂਦੇ ਭਾਜੀ ਕੀ ਆਉਂਦਾ ਭਾਜੀ ਪਤਾ ਨਹੀਂ ਸ਼ਾਹਜਹਾਂ ਲੱਗਾ ਓਕੇ ਓਕੇ بس بس من با ماشین خودم میام شما پشتر من بیام از جان چه کلومیتر شش کلومیتر شش کلومیتر باران چلا اوکی لگه بدا پایین ہاں ہاں ٹھیک ٹھیک یا میں بابو جی ہندی ہے بابو جی ہندی ہے ولی من صحبت نمیتونم بکنم زبان 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 نو نو جایگاه هامون 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 6 کیلومتر 6 کیلومتر 5 شی حالا یا 7 کیلومتر یا 6 کیلومتر اوکی 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 از این بر بعد یار مستقیم برو خب اوکی یک منت دو هم ارو پل گرفتی بالا خوش اوکی نوشته خوش 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 اوکی مستقیم جایگاه هامون هامون اوکی اوکی بنویس ایگزیت دے بارے کہہ رہے ہیں هامون جائے گا ایگزیت جایگاه هامون هامون نه نه متوجه شد بس ها با دوربین به هر کی نشون بدی بهت میگی جایگاه هامون کجاست اوکی ثانک یو ثانک یو تشکر ممنونن شایان کی لگی زمن اوتھوں باجی تسی نا 5 کلومیٹر بعد یا 6 کلومیٹر خاص تے اترنا ٹھیک ہے اوتھے ہے گا انٹرنیشنل پیٹرول پمپ ٹھیک ہے اوتھوں سن تیل ملے گا ਲਓ ਜੀ ਗੱਡੀਆਂ ਦੀ ਲੱਗੀ ਹੋਈ ਹੈ ਇੰਨੀ ਤਕੜੀ ਲਾਈਨ ਘੱਟੋ ਘੱਟ 100 ਕਾਰ ਖੜੀ ਹੈ ਪੈਟਰੋਲ ਪੰਪ 'ਤੇ ਲਓ ਜੀ ਟਰੱਕ ਵਾਲਿਆਂ ਦੇ ਤਰਲੇ ਕਰਨੇ ਪੈਂਦੇ ਨੇ ਕਦੇ ਪੰਪ ਵਾਲਿਆਂ ਦੇ ਤਰਲੇ ਕਰਨੇ ਪੈਂਦੇ ਨੇ ਪ੍ਰੋਬਲਮ ਇਹ ਹੈਗੀ ਕਿ ਕਾਰਡ ਤੋਂ ਬਗੈਰ ਡੀਜ਼ਲ ਨਹੀਂ ਮਿਲਦਾ ਇੱਥੇ ਟਰਾਈ ਕਰ ਰਹੇ ਹਾਂ ਇੱਕ ਵਾਰੀ ਫਿਰ ਪੰਪ ਵਾਲਿਆਂ ਨਾਲ ਗੱਲਬਾਤ ਕਰਨ ਦੀ ਕਿ ਡੀਜ਼ਲ ਦੇ ਦੇਣ ਸਾਨੂੰ ਲੈਂਦੇ ਫਕੜੇ ਲਓ ਜੀ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਈਰਾਨ ਦੇ ਵਿੱਚ ਡੀਜ਼ਲ ਫ੍ਰੀ ਮਿਲਦਾ ਸੋ ਅਸੀਂ ਇੱਥੋਂ ਦੀ ਪਵਾਇਆ ਡੀਜ਼ਲ ਫ੍ਰੀ ਭਾਜੀ ਡੀਜ਼ਲ ਫ੍ਰੀ ਹੈ ਹੈ ਪਤਾ ਨਹੀਂ ਅਤੇ ਟੈਂਕੀ ਸਾਡੀ ਹੋ ਗਈ ਫੁੱਲ ਹੋ ਗਈ ਕੱਢੋ ਬਾਹਰ ਚਾਬੀ ਤੁਹਾਡੇ ਕੋਲ
ਚਾਬੀ ਕੱਟੋ ਕੱਟੋ ਬਾਹਰ ਕੱਟੋ ਤੁਸੀਂ ਲਓ ਜੀ ਟੈਂਕੀ ਹੋ ਗਈ ਫੁੱਲ ਠੀਕ ਹੈ ਸ਼ਾਹਜਹਾਂ ਔਰ ਲਾਈਨ ਲੱਗੀ ਇਹ ਸਿਰਫ ਟੂਰਿਸਟ ਵਾਸਤੇ ਫ੍ਰੀ ਹੈ ਔਰ ਬਾਕੀ ਜਿਹੜੇ ਲੋਕ ਤੁਸੀਂ ਦੇਖ ਰਹੇ ਹੋ ਪੈਟਰੋਲ ਦੀਆਂ ਕਾਰਾਂ ਔਰ ਟਰੱਕ ਸਾਰੇ ਡੀਜ਼ਲ ਡੀਜ਼ਲ ਬਿਲਕੁਲ ਫ੍ਰੀ ਸੁਣਿਆ ਸੀ ਨਾ ਇਹ ਦੇਖੋ ਸੋ ਸਾਡੀ ਗੱਡੀ ਦਾ ਵੱਧ ਗਿਆ ਥੋੜ੍ਹਾ ਜਿਹਾ ਟੈਂਪਰੇਚਰ ਅਤੇ ਉਹਨੂੰ ਚੈੱਕ ਕਰਦੇ ਹਾਂ ਕੀ ਪ੍ਰੋਬਲਮ ਆਈ ਇਹਦੇ ਵਿੱਚ ਹਾਂਜੀ ਨਹੀਂ ਮੰਨਦੇ ਸੀ ਨਾ ਮੇਰੀ ਗੱਲ ਤੁਸੀਂ ਆ ਜਾਓ ਤੁਹਾਨੂੰ ਇੱਕ ਚੀਜ਼ ਪੜ੍ਹਾਉਣਾ ਗੱਡੀ ਦਾ ਟੈਂਪਰੇਚਰ ਵਧਿਆ ਭਾਅ ਜੀ ਸਟਾਰਟ ਖੜੀ ਕੋਈ ਚੱਕਰ ਨਹੀਂ ਇਹਨੂੰ ਹੱਥ ਲਾਵਾਂਗੇ ਠੀਕ ਹੋ ਜਾਏ ਚਲੋ ਤੁਸੀਂ ਕਹਿੰਦੇ ਹੋ ਮੰਨ ਲੈਂਦੇ ਹਾਂ ਟੈਂਪਰੇਚਰ ਠੀਕ ਹੋ ਜਾਏਗਾ ਇਹ ਵੇਖੋ ਅੱਛਾ ਕੀ ਲਿਖਿਆ ਇਹ ਲਿਖਿਆ ਮਹਿਮਾਨ ਬਾ ਖੁਰਦਾ ਵੀ ਤੋਰਸਤੀ ਖਾਰਜੀ ਅੱਛਾ ਮਤਲਬ ਜਿਹੜੇ ਬਾਹਰ ਦੇ ਲੋਕ ਉਹਨਾਂ ਲਈ ਮਹਿਮਾਨ ਗਰਾਮੀ ਕਿਸ਼ੋਰੇ ਮਾਨ ਇਰਾਨ ਅਜ਼ੀਜ਼ ਦਰ ਹਾਂ ਫ੍ਰੀ ਫਿਊਲ ਟੂ ਫੋਰਨ ਟੂਰਿਸਟ ਕਾਰਸ ਡੀਅਰ ਗੈਸਟ ਡੀਅਰ ਇਰਾਨ ਇਨ ਦਾ ਐਕਸਕਲੂਸਿਵ ਪਲੇਸ ਆਫ ਹਾਮੂਨ ਹਾਮੂਨ ਸ਼ਾਹ ਚੱਲ ਕੋਈ ਗੱਲ ਨਹੀਂ ਹਮਕੋ ਕੈਸੇ ਪਤਾ ਲੱਗੇਗਾ ਕਿ ਕੌਨ ਸੇ ਪੰਪ ਪੇ ਪੈਟਰੋਲ ਫ੍ਰੀ ਹੈ ਹਮਕੋ ਕੈਸੇ ਪਤਾ ਲਗੇਗਾ ਕਿ ਕੌਨ ਸੇ ਪੈਟਰੋਲ ਪੰਪ ਪੇ ਪੈਟਰੋਲ ਡੀਜ਼ਲ ਫ੍ਰੀ ਹੈ ਆਪਕੋ ਵੀ ਨਹੀਂ ਪਤਾ ਆਪ ਕਹਾਂ ਸੇ ਹੋ ਚਲੋ ਕੋਈ ਗੱਲ ਨਹੀਂ ਭਾਈ ਥੋੜਾ ਅੱਗੇ ਚੱਲੀਏ ਫਿਰ ਆਪੇ ਪਤਾ ਲੱਗਦਾ ਜਾਏਗਾ ਬਹੁਤ ਬਹੁਤ ਮਿਹਰਬਾਨੀ ਲਓ ਜੀ ਮੁੰਡੇ ਹੋ ਗਏ ਨੇ ਖੁਸ਼ ਮੋਟਰਸਾਈਕਲ ਤੇ ਦੇਖ ਕੇ ਬਾਹਰ ਦੀ ਗੱਡੀ ਰਸ਼ ਇਹ ਰਸ਼ ਕਿਉਂ ਲੱਗਾ ਸੀ ਇੰਨਾ ਫ੍ਰੀ ਸਾਰਿਆਂ ਤੋਂ ਨਹੀਂ ਹੈਗਾ ਨਹੀਂ ਸਾਰਿਆਂ ਨੂੰ ਸਾਨੂੰ ਫ੍ਰੀ ਹੈ ਇਹਨਾਂ ਨੂੰ ਥੋੜਾ ਜਿਹਾ ਸਸਤਾ ਹੈ ਠੀਕ 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 ਰਸ਼ ਤਾਂ ਲੱਗਿਆ ਹੋਇਆ ਓਕੇ ਜੀ ਓਕੇ ਹੋਰ ਭਰ ਲੈਂਦੇ ਹਾਂ ਨਾ ਥੋੜ੍ਹਾ ਜਿਹਾ ਕੈਨੀ ਪਈ ਆਪਣੇ ਕੋਲ ਪਾਣੀ ਦੀ ਦੂਜੀ ਜੀ ਉਹ ਭਰ ਲਓ ਭਾਅ ਜੀ ਲਿਆਓ ਭਰ ਕੇ ਪਾਣੀ ਨਾ ਪਾਣੀ ਕਿੱਧਰ ਚਲਾ ਗਿਆ ਭਾਈ ਪਾਣੀ ਪਾਇਆ ਨਹੀਂ ਇਹ ਪਤਾ ਲੱਗ ਗਿਆ ਪਾਣੀ ਰਾਤੀ ਪਾਇਆ ਹੀ ਭਾਜੀ ਨੂੰ ਪੁੱਛ ਮੈਂ ਸਵੇਰ ਪਾਣੀ ਪੂਰਾ ਕਰਕੇ ਚੱਲਿਆ ਚੈੱਕ ਕਰਨਾ ਬੜਾ ਲੀਕ ਤੇ ਨਹੀਂ ਹੋਇਆ ਹੈ ਚੈੱਕ ਕਰਨਾ ਬੜਾ ਲੀਕ ਤੇ ਨਹੀਂ ਹੋਇਆ ਸੋ ਜੀ ਆਪਾਂ ਜ਼ਹਿਦਾਨ ਤੋਂ ਬਾਹਰੋਂ ਬਾਹਰ ਨਿਕਲੇ ਆ ਟੈਂਕੀ ਕਰਾਈ ਉੱਥੋਂ ਦੀ ਫੁੱਲ ਅਤੇ ਡੀਜ਼ਲ ਮਿਲਿਆ ਸਾਨੂੰ ਬਿਲਕੁਲ ਫ੍ਰੀ ਹੁਣ ਇੱਥੇ ਚੈੱਕ ਪੋਸਟ 'ਤੇ ਸਾਨੂੰ ਰੋਕਿਆ ਹੋਇਆ ਪੁਲਿਸ ਵਾਲਿਆਂ ਨੇ ਜਾਂ ਆਰਮੀ ਨੇ ਭਾਅ ਜੀ ਆ ਰਹੇ ਨੇ ਪਤਾ ਨਹੀਂ ਪਾਸਪੋਰਟ ਲੈ ਕੇ ਜਾਂ ਨਹੀਂ ਹੈਗੇ ਬੁਲਾ ਰਹੇ ਨੇ ਮੈਨੂੰ ਸ਼ਾਇਦ ਵੀਜ਼ੇ ਮੰਗ ਰਹੇ ਨੇ ਜੀ ਵੀਜ਼ੇ ਵੀ ਚੈੱਕ ਕਰਾਓ ਚਲੋ ਕੋਈ ਗੱਲ ਨਹੀਂ ਇਹਨਾਂ ਦਾ ਫਰਜ਼ ਬਣਦਾ ਚੈੱਕ ਕਰਨਾ ਲਓ ਜੀ ਸਾਡੀ ਗੱਡੀ ਹੋ ਗਈ ਥੋੜ੍ਹੀ ਗਰਮ ਇਹਨੇ ਟੈਂਪਰੇਚਰ ਥੋੜ੍ਹਾ ਜ਼ਿਆਦਾ ਚੱਕਤਾ ਪਤਾ ਨਹੀਂ ਲੱਗਾ ਕੀ ਕਾਰਨ ਹੈ ਅਜੇ ਤੱਕ ਪਰ ਅਸੀਂ ਪਾਣੀ ਪਾ ਕੇ ਗੱਡੀ ਦੇ ਰੇਡੀਏਟਰ 'ਚ ਅਤੇ ਹੁਣ ਅੱਗੇ ਵੱਲ ਨੂੰ ਜਾ ਰਹੇ ਹਾਂ
ਸੋ ਕਾਫੀ ਵੀਰਾਂ ਦੀ ਇਹ ਫਰਮਾਇਸ਼ ਸੀ ਕਿ ਤੁਸੀਂ ਬਾਹਰ ਦੀ ਵੀਡੀਓ ਬਹੁਤ ਘੱਟ ਬਣਾਉਂਦੇ ਹੋ, ਸੋ ਆਪਾਂ ਕਾਫੀ ਕੋਸ਼ਿਸ਼ ਕਰੀ ਦੀ ਹੈ ਕਿ ਅੰਦਰ ਦਾ ਔਰ ਬਾਹਰ ਦਾ ਇਕੱਠਾ ਵੀ ਵਿਊ ਮਿਲੇ, ਪਰ ਇੱਕ ਫੋਨ ਦੀ ਵਜ੍ਹਾ ਨਾਲ ਜਾਂ ਫੋਨ ਦੇ ਵਿੱਚ ਮੈਮਰੀ ਦੀ ਵਜ੍ਹਾ ਨਾਲ ਅਸੀਂ ਇੰਨਾ ਕੈਪਚਰ ਨਹੀਂ ਕਰ ਸਕਦੇ, ਇਸ ਕਰਕੇ ਫਿਰ ਵੀ ਕੋਸ਼ਿਸ਼ ਕਰੀ ਦੀ ਕਿ ਜਿੰਨਾ ਵੀ ਕੈਪਚਰ ਹੋ ਸਕੇ ਤਾਂ ਬਹੁਤ ਵਧੀਆ। ਸੋ ਫਿਲਹਾਲ ਅਸੀਂ ਜਾ ਰਹੇ ਹਾਂ ਇਸ਼ਫਹਾਨ ਵਾਲੇ ਸਾਈਡ ਨੂੰ ਈਰਾਨ। ਸੋ ਕਾਫੀ ਲੋਕ ਮੈਨੂੰ ਲਾਈਟਾਂ ਮਾਰ ਰਹੇ ਨੇ, ਉਹਦਾ ਕਾਰਨ ਇਹ ਕਿ ਮੈਂ ਜਦੋਂ ਇੰਡੀਆ ਤੋਂ ਗੱਡੀ ਦੀ ਮੋਡੀਫਿਕੇਸ਼ਨ ਕਰਵਾਈ ਸੀ ਤਾਂ ਉਹਨਾਂ ਨੇ ਇਹਦੀਆਂ ਜਿਹੜੀਆਂ ਲਾਈਟਾਂ ਸੀ, ਅੱਜ ਕੱਲ੍ਹ ਬੜੀ ਵਧੀਆ ਲਾਈਟਾਂ ਚੱਲੀਆਂ ਇੰਡੀਆ ਦੇ ਵਿੱਚ ਵਾਈਟ ਕਲਰ ਦੀਆਂ, ਜੋ ਕਿ ਕਲਰ ਵੀ ਚੇਂਜ ਹੁੰਦਾ ਵਾਈਟ ਯੈਲੋ ਅਤੇ ਇੱਕ ਹੋਰ ਥੋੜ੍ਹਾ ਜਿਹਾ ਹਲਕਾ ਜਿਹਾ ਮਿਕਸ ਕਲਰ। ਉਹ ਲਾਈਟ ਇੰਨੀ ਸਟਰੋਂਗ ਹੈ ਅਤੇ ਉਹਨਾਂ ਨੇ ਜਿਹੜੀ ਫਿਟਿੰਗ ਵੀ ਕੀਤੀ ਸੀ ਗੱਡੀ ਦੀ ਲਾਈਟਾਂ ਦੀ ਅਤੇ ਉਹ ਬਿਲਕੁਲ ਉੱਚੀਆਂ ਨੇ, ਉਹਦੀ ਵਜ੍ਹਾ ਨਾਲ ਜਿਹੜੇ ਅੱਗੋਂ ਆ ਰਹੇ ਨੇ ਤਾਂ ਉਹਨਾਂ ਨੂੰ ਥੋੜ੍ਹੀ ਪ੍ਰੋਬਲਮ ਹੋ ਰਹੀ ਆ। ਦੇਖੋ ਰੇਤ ਦਾ ਤੂਫਾਨ ਫਿਰ ਸ਼ੁਰੂ ਹੋ ਗਿਆ। ਸੋ ਇਹ ਰੇਤ ਦਾ ਤੂਫਾਨ ਤੁਹਾਨੂੰ ਈਰਾਨ ਦੇ ਵਿੱਚ ਬਹੁਤ ਜ਼ਿਆਦਾ ਮਿਲੇਗਾ ਅਤੇ ਪਿੱਛੇ ਤੁਸੀਂ ਦੇਖਿਆ ਕਿ ਸਾਡੀ ਗੱਡੀ ਗਰਮ ਹੋ ਗਈ ਤਾਂ ਸ਼ਾਇਦ ਉਹਦਾ ਇਹੀ ਕਾਰਨ ਸੀ ਕਿ ਜਦੋਂ ਅਸੀਂ ਪਿੱਛੋਂ ਆਏ ਹਾਂ ਤਾਂ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਸੀ, ਏਅਰ ਕੰਡੀਸ਼ਨ ਚੱਲ ਰਿਹਾ ਸੀ ਫੁੱਲ ਇਹਦਾ, ਔਰ ਆ ਜਿਹੜੀ ਰੇਤ ਉੱਡ ਉੱਡ ਕੇ ਸ਼ਾਇਦ ਇਹਦੇ ਰੇਡੀਏਟਰ ਦੇ ਅੰਦਰ ਚਲੀ ਗਈ ਹੈ ਜਾਂ ਫਸ ਗਈ, ਉਹਦੀ ਵਜ੍ਹਾ ਨਾਲ ਗੱਡੀ ਨੇ ਬਿਲਕੁਲ ਟੈਂਪਰੇਚਰ ਚੱਕਤਾ ਅਤੇ ਪਾਣੀ ਹੋ ਗਿਆ ਸੀ ਰੇਡੀਏਟਰ ਦੇ ਵਿੱਚੋਂ ਕਾਫੀ ਖਤਮ। ਸੋ ਅਸੀਂ ਪਾਣੀ ਫਿਰ ਵੀ ਇੱਕ ਵਾਰੀ ਭਰ ਲਿੱਤਾ ਇਹਦਾ ਫੁੱਲ ਅਤੇ ਜਾ ਰਿਹਾ ਹੁਣ ਅੱਗੇ ਵੱਲ ਨੂੰ, ਅਤੇ ਸਫ਼ਰ ਰਹੇਗਾ ਸਾਡਾ ਅੱਗੇ ਵੱਲ ਨੂੰ ਜਾਰੀ। ਔਰ ਉਮੀਦ ਇਹੀ ਕਿ ਰੇਤ ਦਾ ਤੂਫਾਨ ਇੰਨਾ ਜ਼ਿਆਦਾ ਨਾ ਹੀ ਹੋਵੇ ਤਾਂ ਵਧੀਆ, ਕਿਉਂਕਿ ਗਰਮੀ ਇੱਕ ਤਾਂ ਬਹੁਤ ਜ਼ਿਆਦਾ, ਪੱਖਾ ਅਸੀਂ ਬੰਦ ਕੀਤਾ, ਏਅਰ ਕੰਡੀਸ਼ਨ ਵੀ ਇਸ ਟਾਈਮ ਬੰਦ ਕੀਤਾ ਇਹਦਾ ਤਾਂ ਕਿ ਰੇਤ ਅੰਦਰ ਨੂੰ ਨਾ ਆਵੇ। ਕੋਸ਼ਿਸ਼ ਇਹੀ ਹੈ ਕਿ ਸਫ਼ਰ ਵਧੀਆ ਰਹੇ ਹੁਣ ਅੱਗੇ ਦਾ, ਕਿਉਂਕਿ ਗੱਡੀ ਦਾ ਜੇ ਟੈਂਪਰੇਚਰ ਜ਼ਿਆਦਾ ਵੱਧ ਜਾਏ ਤਾਂ ਨੁਕਸਾਨ ਵੀ ਹੋ ਜਾਂਦਾ। ਪਰ ਜੇ ਕਿਸੇ ਵੀਰ ਨੂੰ ਪਤਾ ਹੋਇਆ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹਦਾ ਕੀ ਕਾਰਨ ਹੋ ਸਕਦਾ, ਗੱਡੀ ਕਿਉਂ ਗਰਮ ਹੋਈ, ਈਰਾਨ ਦੇ ਵਿੱਚ ਜ਼ਿਆਦਾ ਗਰਮੀ ਹੈ ਤਾਂ ਕਰਕੇ, ਜਾਂ ਇੱਥੇ ਰੇਤ ਦਾ ਤੂਫਾਨ ਆਇਆ ਰੇਡੀਏਟਰ ਦੇ ਵਿੱਚ ਕੋਈ ਪ੍ਰੋਬਲਮ ਆਉਣ ਕਰਕੇ, ਜਾਂ ਆਪਾਂ ਨੇ ਏਅਰ ਕੰਡੀਸ਼ਨ ਯੂਜ਼ ਕੀਤਾ ਕਾਫੀ ਦੇਰ ਇਸ ਕਰਕੇ। ਪਰ ਪਤਾ ਨਹੀਂ, ਹੁਣ ਦੇਖਦੇ ਹਾਂ ਅੱਗੇ ਜਾ ਕੇ ਵੀ ਅੱਗੇ ਜਾ ਕੇ ਵੀ ਗੱਡੀ ਗਰਮ ਹੁੰਦੀ ਹੈ, ਟੈਂਪਰੇਚਰ ਹੋਰ ਜ਼ਿਆਦਾ ਚੱਕਦੀ ਹੈ ਤਾਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਥੋੜ੍ਹਾ ਜਿਹਾ ਮੂਡ ਇਸ ਟਾਈਮ ਅਪਸੈਟ ਹੈ ਕਿਉਂਕਿ ਸੁੰਨਸਾਨ ਰਾਹ ਹੈ, ਕੋਈ ਨਾ ਕੋਈ ਹੈਲਪ ਇੱਥੇ ਆ ਸਕਦੀ ਹੈ, ਤੁਸੀਂ ਦੇਖ ਹੀ ਰਹੇ ਹੋ ਸੁੰਨਸਾਨ ਸਾਰੇ ਪਾਸੇ, ਨਾ ਕੋਈ ਹੋਟਲ ਪੈਟਰੋਲ ਪੰਪ ਕੁਛ ਵੀ ਨਹੀਂ ਹੈਗਾ ਇੱਥੇ। ਸੋ ਇਸ ਚੀਜ਼ ਦਾ ਥੋੜ੍ਹਾ ਜਿਹਾ ਮਨ ਦੇ ਵਿੱਚ ਡਰ ਜ਼ਰੂਰ ਹੈਗਾ ਇਸ ਟਾਈਮ।
ਪਹੁੰਚ ਗਏ ਪਲੋਚਿਸ ਤੇ ਭਾਜੀ ਕਿੱਥੇ ਪਹੁੰਚ ਗਏ ਸਵਾਦ ਆ ਦੇਖੋ ਜੀ ਚਾਰੇ ਪਾਸੇ ਰੇਤ ਹੀ ਰੇਤ ਹਨੇਰੀ ਰਾਤ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਇਸ ਟਾਈਮ ਬੰਬ ਸ਼ਹਿਰ ਦੇ ਵਿੱਚ ਅਸੀਂ ਤਕਰੀਬਨ ਅੱਜ ਕੀਤਾ 600-700 ਕਿਲੋਮੀਟਰ ਦੇ ਵਿੱਚ ਵਿੱਚ ਔਰ ਸ਼ਹਿਰ ਦੇਖੋ ਕਿੰਨਾ ਖੂਬਸੂਰਤ ਤਰੀਕੇ ਨਾਲ ਇਹਨਾਂ ਨੇ ਸਜਾਇਆ ਹੋਇਆ ਸਾਹਮਣੇ ਕਾਰਪੇਟ ਦੀਆਂ ਦੁਕਾਨਾਂ ਔਰ ਇੱਧਰ ਨਾਈ ਦੀ ਦੁਕਾਨ ਬਾਰਬਰ ਦੀ ਇਹ ਰੈਸਟੋਰੈਂਟ ਕੀਤਾ ਭਾਅ ਜੀ ਖੜ੍ਹੇ ਨੇ ਪਤਾ ਨਹੀਂ ਕੀ ਇਹਨਾਂ ਨੇ ਕੀ ਕਰਾਇਆ ਭਾਅ ਜੀ ਅੱਜ ਕੀ ਖਾ ਰਹੇ ਹਾਂ ਆਪਾਂ ਅੱਜ ਦੇਖੋ ਆ ਜਾਓ ਪਿੱਛੇ ਮਾਹੌਲ ਬੜਾ ਵਧੀਆ ਹੈ ਗੱਡੀ ਦੀ ਲਾਈਟ ਕਿਉਂ ਨਹੀਂ ਬੰਦ ਹੋਈ ਮੈਂ ਕਰਕੇ ਆਉਂਦਾ ਬੰਦ ਕਿਆ ਚੀਜ਼ ਬਣਾਈ ਬਿਲਕੁਲ ਛੋਟੀ ਛੋਟੀ ਮੱਛੀਆਂ ਵੀ ਇਹਨਾਂ ਨੇ ਰੱਖਿਆ ਪੜ੍ਹਨ ਵਾਸਤੇ ਹੁਣ ਪਤਾ ਨਹੀਂ ਕੀ ਚੀਜ਼ ਹੈ ਕੁਛ ਗਲਤ ਨਾ ਬੋਲ ਦੀਏ ਸ਼ਾਇਦ ਖਜੂਰਾਂ ਮਸਾਲੇ ਥੋਮ ਕਣਕ ਚੌਲਾਂ ਦੇ ਵਿੱਚ ਪੈਸੇ ਬੜਾ ਸੋਹਣਾ ਤਰੀਕੇ ਨਾਲ ਸਜਾਇਆ ਪਰ ਇਹ ਚੀਜ਼ ਬਹੁਤ ਵਧੀਆ ਲੱਗੀ ਸੋ ਜੀ ਆਪਾਂ ਪਹੁੰਚ ਚੁੱਕੇ ਇਸ ਟਾਈਮ ਬੰਬ ਸ਼ਹਿਰ ਦੇ ਵਿੱਚ ਔਰ ਇੱਥੇ ਕਿਸੇ ਰੈਸਟੋਰੈਂਟ ਤੋਂ ਖਾਣਾ ਖਾਣ ਲੱਗੇ ਹਾਂ ਔਰ ਇਹ ਦੇਖੋ ਕਿੰਨੀਆਂ ਕੁਰਸੀਆਂ ਔਰ ਬੈਂਚ ਲੱਗੇ ਹੋਏ ਨੇ ਇੱਥੇ ਬੈਠਣ ਵਾਲਿਆਂ ਵਾਸਤੇ ਪੂਲ ਬਣਿਆ ਔਰ ਪਿੱਛੇ ਜਾ ਕੇ ਇਹਨਾਂ ਨੇ ਥੋੜ੍ਹਾ ਜਿਹਾ ਬਣਾਇਆ ਰੈਸਟੋਰੈਂਟ ਬੜੇ ਵਧੀਆ ਤਰੀਕੇ ਨਾਲ ਪਰ ਆਪਣੇ ਬੰਦੇ ਗਏ ਕਿੱਧਰ ਅੱਛਾ ਅੰਦਰ ਬੈਠ ਬੈਠ ਕੇ ਇਹਨਾਂ ਦੇ ਖਾਣਾ ਖਾਂਦੇ ਪਏ ਨੇ ਝੁੱਗੀਆਂ ਜਿਹੀਆਂ ਬਣਾਈਆਂ ਇਹ ਦੇਖੋ ਪਰ ਸਾਡੇ ਬੰਦੇ ਕਿੱਧਰ ਚਲੇ ਗਏ ਨੇ ਉਹਨਾਂ ਨੂੰ ਲੱਭਣਾ ਪੈਣਾ ਇੱਕ ਅਲੱਗ ਤਰ੍ਹਾਂ ਦੀ ਚੀਜ਼ ਹਾਂ ਸ਼ਾਇਦ ਉਹਨਾਂ ਨੇ ਇੱਕ ਫੈਮਿਲੀ ਵਾਸਤੇ ਉਹ ਬਣਾਏ ਨੇ ਪਰ ਆਪਾਂ ਬੈਠਾਂਗੇ ਇੱਧਰ ਓਪਨ ਔਰ ਇੱਧਰ ਲੱਗੀਆਂ ਖਜੂਰਾਂ ਹੀ ਖਜੂਰਾਂ ਉੱਪਰ ਬਹੁਤ ਹੀ ਵਧੀਆ ਮਾਹੌਲ ਭਾਅ ਜੀ ਸ਼ਾਹਜਹਾਂ ਤੇ ਬੈਠ ਗਏ ਨੇ ਇੱਥੇ ਆ ਕੇ ਅਤੇ ਭਾਅ ਜੀ ਚੋਰੀ ਚੋਰੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੇ ਅੰਦਰ ਵੜ ਗਏ ਨਾ ਉਹਨਾਂ ਨੇ ਛਾਂਗਣਾ ਬੜਾ ਬੰਬ ਸ਼ਹਿਰ ਦੀ ਕੀ ਤਾਰੀਫ ਸੁਣੀ ਭਾਅ ਜੀ ਆਪਾਂ ਇੱਥੇ ਕਿਲ੍ਹਾ ਹੈਗਾ ਬਹੁਤ ਜ਼ਬਰਦਸਤ ਪਰ ਆਪਾਂ ਸਵੇਰੇ ਦੇਖਣਾ ਉਹਨੂੰ ਹਨਾ ਚਾਹੇ ਕੁਛ ਵੀ ਹੋ ਜਾਏ ਜ਼ਿੰਦਗੀ ਚ ਪਹਿਲੀ ਵਾਰ ਇੰਨਾ ਮਹਿੰਗਾ ਬਿੱਲ ਚੁਕਾਉਂਦੇ ਹੋਏ ਅਸੀਂ 5,83,000 ਦਾ ਖਾਣਾ ਨਹੀਂ 58,00,000 ਮਰ ਜਾਂਗੇ ਭਾਅ ਜੀ ਇੱਥੇ ਕਹਿੰਦਾ ਸਾਰੇ ਆਓ ਭਾਈ ਫੋਟੋ ਖਿਚਾਣੀ ਹੈ ਅੱਲਾਹ ਇਹ ਬੈਠੀਆਂ ਸਾਰੀਆਂ ਇਰਾਨੀ ਬੀਬੀਆਂ ਤੇ ਖਾਣਾ ਛਕ ਰਹੇ ਨੇ ਭਾਅ ਜੀ ਪਤਾ ਨਹੀਂ ਕਿਉਂ ਵਿੱਚ ਵਿੱਚ ਮੁਸਕਰਾ ਰਹੇ ਨੇ ਹੈ ਕੋਈ ਗੱਲ ਤਾਂ ਜ਼ਰੂਰ ਹੈ ਭਾਅ ਜੀ ਦੱਸੋ ਸਹੀ ਕੋਈ ਕਾਰਾ ਤਾਂ ਨਹੀਂ ਕਰਦਾ ਤੁਸੀਂ ਹੈ ਫੋਟੋ ਖਿਚਾਣੀ ਤੁਹਾਡੇ ਨਾਲ ਹੈ ਬਹੁਤ ਹਾਂ ਪਹਿਲਾਂ ਵੀ ਦੱਸਿਆ ਇਹਨਾਂ ਨੇ ਸੋ ਇਹ ਭਾਅ ਜੀ ਨਾਲ ਕਹਿੰਦੇ ਜੋ ਫੋਟੋ ਖਿਚਾਣੀ ਏਦਾਂ ਲੰਘਣ ਨਹੀਂ ਦੇਣਾ ਇਹ ਦੇਖੋ ਭਾਅ ਜੀ ਇਕੱਲੇ ਪਾਕਿਸਤਾਨ ਚ ਨਹੀਂ ਛਾਏ ਇਹ ਇਰਾਨ ਦੇ ਵਿੱਚ ਵੀ ਪੂਰੀ ਬਦਮਾਸ਼ੀ ਇਹਨਾਂ ਦੀ ਵੀ ਪੇ ਫੋਰ ਦੈਟ ਐਂਡ ਨੋਬਡੀ ਕਮਿੰਗ ਨਹੀਂ ਸਮਝ ਆ ਰਿਹਾ ਇੱਕ ਲੈਂਗੁਏਜ ਨਹੀਂ ਸਮਝ ਆ ਰਹੀ ਤੇ ਇੱਕ ਉਹਨਾਂ ਨੂੰ ਇੰਗਲਿਸ਼ ਵੀ ਵਿਚਾਰੇ ਸਾਡੇ ਵੀ ਬੋਲਦੇ ਨੇ ਪਰ ਭਾਈ ਸ਼ਾਹਜਹਾਂ ਤੁਸੀਂ ਦੱਸੋ ਇਹਦੇ ਬਾਰੇ ਕੀ ਹੁਣ ਹੋਏਗਾ
ਪਾਜੀ ਅੰਦਰ ਖਾਣਾ ਆਰਡਰ ਕਰਾ ਕੇ ਆਏ ਨੇ ਪਰ ਪਤਾ ਨਹੀਂ ਲੱਗ ਰਿਹਾ ਵੀ ਇੱਥੇ ਆਏਗਾ ਜਾਂ ਨਹੀਂ ਆਏਗਾ ਕੋਈ ਚੱਕਰ ਨਹੀਂ ਪਾਜੀ ਟੇਬਲ ਬਹੁਤ ਜ਼ਿਆਦਾ ਨੇ ਪਤਾ ਨਹੀਂ ਚੱਲ ਰਿਹਾ ਨੋ ਪ੍ਰੋਬਲਮ ਹੁਣ ਅਸੀਂ ਪੇ ਵੀ ਨਹੀਂ ਕਰ ਰਹੇ ਉੱਥੇ ਮੈਂ ਬੀਬੀ ਕੋ ਪੁੱਛਿਆ ਇਹ ਸਿਸਟਮ ਕੁਝ ਅਲੱਗ ਤਰ੍ਹਾਂ ਦਾ ਹੈ ਲਓ ਜੀ ਆਖਿਰਕਾਰ ਸਾਨੂੰ ਚੁੱਕੀ ਦਿੱਤੀ ਗਈ ਯਾਰ ਕੀ ਮਤਲਬ ਕਿ ਇੱਕ ਆਈਡੀਆ ਹੈ ਚੁੱਗੀ ਦੇ ਅੰਦਰ ਸਮਝਾਣਾ ਥੋੜਾ ਇਹਨਾਂ ਲੋਕਾਂ ਨੂੰ ਜੇ ਠੰਡ ਹੋਵੇ ਤੇ ਅਗਲੇ ਨੇ ਹੀਟਰ ਵੀ ਲਾਇਆ ਬਾਈ ਭਾਜੀ ਭਾਜੀ ਇਹਨਾਂ ਨੇ ਕੀਤਾ ਆਰਡਰ ਡਿਸ਼ ਦੇ ਨਾਮ ਦਾ ਪੂਰਾ ਪਤਾ ਨਹੀਂ ਵੈਸੇ ਕੀ ਭਾਜੀ ਵੈਸੇ ਨਾਮ ਕੜਾਈ ਹੈ ਜੀ ਚਿਕਨ ਕਢਾਈ ਕਰਕੇ ਆਰਡਰ ਕੀਤਾ ਸੀ ਤੇ ਸ਼ਾਇਦ ਹੋ ਸਕਦਾ ਵੀ ਇਹਨਾਂ ਦਾ ਚਿਕਨ ਕਢਾਈ ਇਹੀ ਹੋਵੇ ਆਪਾਂ ਐਵੇਂ ਅਗਲੇ ਨੂੰ ਗਲਤ ਨਾ ਕਹੀਏ ਤੇ ਖਾਣ ਦੀ ਤਿਆਰੀ ਖਿੱਚੀਏ ਬਸ ਕਰੋ ਬਿਸਮਿਲਲਾ ਭਾਜੀ ਫਿਰ ਪਾਠ ਚੱਲੇ ਨੇ ਕਿਉਂ ਭਾਜੀ ਢਿੱਡ ਆਇਆ ਮਜ਼ਾ ਲਓ ਜੀ ਸ਼ਾਹਜਹਾਂ ਭਾਜੀ ਕਹਿ ਰਹੇ ਬੜਾ ਮਜ਼ਾ ਆਇਆ ਖਾਣਾ ਲਓ ਜੀ ਇਹ ਸੀਗਾ ਇੱਥੇ ਰੈਸਟੋਰੈਂਟ ਇੱਥੋਂ ਦੀ ਆਪਾਂ ਖਾਧਾ ਖਾਣਾ ਔਰ ਚਲਦੇ ਹਾਂ ਹੁਣ ਅੱਗੇ ਵੱਲ ਨੂੰ ਬਾਕੀ ਤਾਂ ਸਾਰਾ ਦਿਨ ਸਫ਼ਰ ਕਰ ਕਰਕੇ ਬੱਸ ਹੋਈ ਪਈ ਸਾਡੇ ਭਾਜੀ ਨੇ ਗੱਡੀ ਕਿਧਰੇ ਰੋਕੀ ਨਹੀਂ ਅੱਜ ਭੁੱਖੇ ਮਾਰਤਾ ਇਸ ਚੀਜ਼ ਦੇ ਵਿੱਚ ਤਾਂ ਈਰਾਨ ਬਹੁਤ ਮਸ਼ਹੂਰ ਹੈ ਆਪਣਾ ਮੈਟ ਬਣਾਏ ਨੇ ਇਹਨਾਂ ਨੇ ਕਾਲੀਨ ਔਰ ਪੂਰਾ ਸ਼ਹਿਰ ਇਸ ਟਾਈਮ ਜਾਗ ਰਿਹਾ ਕਿਉਂਕਿ ਇਹਨਾਂ ਦੇ ਚਲਦੇ ਪਏ ਨੇ ਰੋਜੇ ਤਾਂ ਫਿਰ ਇਹ ਸਾਰਾ ਦਿਨ ਰੈਸਟ ਕਰਦੇ ਨੇ ਤਾਂ ਰਾਤ ਨੂੰ ਦਿੰਦੇ ਨੇ ਗੇੜਾ ਲਓ ਜੀ ਬੰਬ ਸ਼ਹਿਰ ਦੀ ਲਾ ਰਿਹਾ ਗੇੜੀ ਤੇ ਮੁੰਡੇ ਬੈਠੇ ਸਾਰੇ ਪੰਜਾਬੀ ਮਿਲਦੀ ਮੁਲਦੀ ਹੈ ਨੀ ਸ਼ਰਾਬੀ ਸ਼ਬਾਬੀ ਕੀ ਇੱਥੇ ਕੁਛ ਵੀ ਨਹੀਂ ਪਰ ਇੱਕ ਗੱਲ ਹੈ ਲੋਕੀ ਇੱਥੇ ਭਾਜੀ ਫ੍ਰੀ ਸਟਾਈਲ ਘੁੰਮ ਰਹੇ ਨਾ ਜਨਾਨੀਆਂ ਤੇ ਮਤਲਬ ਕੋਈ ਪਾਬੰਦੀ ਜਾਂ ਐਸਾ ਕੋਈ ਚੀਜ਼ ਨਹੀਂ ਹੈਗੀ ਇੱਥੇ ਠੀਕ ਠਾਕ ਹੁੰਦੇ ਜੀ ਕਿਆ ਚੀਜ਼ ਹੈ ਸਾਹਮਣੇ ਦੇਖੀ ਬਹੁਤ ਵਧੀਆ ਬਣਾਈ ਭਾਜੀ ਪੂਰਾ ਸ਼ਹਿਰ ਦੇਖਣ ਵਾਲਾ ਲਓ ਜੀ ਇੱਥੇ ਕਰਾਂਗੇ ਅੱਜ ਆਪਾਂ ਸਟੇ ਭਾਜੀ ਗਏ ਨਾ ਅੰਦਰ ਪਤਾ ਕਰਨ ਵਾਸਤੇ ਸੋ ਕਾਫੀ ਦੇਰ ਤੋਂ ਅਸੀਂ ਹੋਟਲ ਲੱਭ ਰਹੇ ਸੀ ਤੇ ਇੱਕ ਹੋਟਲ ਮਿਲਿਆ ਸਾਨੂੰ ਹੁਣ ਤਾਂ ਚੱਲ ਕੇ ਦੇਖਦੇ ਹਾਂ ਅੰਦਰ ਇਹਦੇ ਰੂਮ ਅਵੇਲੇਬਲ ਹੈ ਵੀ ਜਾਂ ਨਹੀਂ ਹਾਂਜੀ ਲਓ ਜੀ ਹੋਟਲ ਤਾਂ ਗਿਆ ਇੱਥੇ ਮਿਲ
ਔਰ ਇਹਨਾਂ ਨੇ ਸਾਡੇ ਕੋਲ ਚਾਰਜ ਕੀਤੇ ਨੇ 15 ਲੱਖ ਰੁਪਈਆ ਇੱਕ ਨਾਈਟ ਦਾ। ਸੋ ਕੱਢਦੇ ਹਾਂ ਸਮਾਨ ਅਤੇ ਸੋਨੇ ਹਾਂ ਔਰ ਸਵੇਰੇ ਚੱਲਦੇ ਹਾਂ ਬੰਬ ਸ਼ਹਿਰ ਦੇ ਸੈਂਟਰ ਵੱਲ ਨੂੰ। ਲਓ ਜੀ ਦਿਓ ਫਿਰ ਇਜਾਜ਼ਤ ਕਰਦੇ ਹਾਂ ਅਸੀਂ ਹੁਣ ਆਰਾਮ। ਸਾਰਿਆਂ ਨੂੰ ਗੁੱਡ ਨਾਈਟ, ਮਿਲਦੇ ਹਾਂ ਸਵੇਰੇ ਇੱਕ ਨਵੇਂ ਦਿਨ ਔਰ ਨਵੇਂ ਵਲੌਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।